ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤ ਮਹਿੰਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ ਫੇਸਬੁੱਕ ਤੇ YouTube ਚੈਨਲ ਆਪਾਂ ਅੱਜ ਗੱਲ ਕਰਾਂਗੇ ਨਿਊਜ਼ੀਲੈਂਡ ਦੇ ਬਾਰੇ ਨਿਊਜ਼ੀਲੈਂਡ ਦੀ ਐਸਓਪੀ ਦੇ ਬਾਰੇ ਔਰ ਨਿਊਜ਼ੀਲੈਂਡ ਦੇ ਤਾਜ਼ਾ ਹਾਲਾਤਾਂ ਦੇ ਬਾਰੇ ਟੂਰਿਸਟ ਵੀਜ਼ਾ ਦੇ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਨਿਊਜ਼ੀਲੈਂਡ ਇਸ ਟਾਈਮ ਵੀਜ਼ਾ ਦੇ ਰਿਹਾ ਹੈਗਾ ਪਰ ਇਹਦੇ ਨਾਲ ਨਾਲ ਇੱਕ ਪ੍ਰੋਬਲਮ ਵੀ ਚੱਲ ਰਹੀ ਹੈ ਨਿਊਜ਼ੀਲੈਂਡ ਦੇ ਵਿੱਚ ਉੱਥੋਂ ਹੜ੍ਹ ਆਏ ਹੋਏ ਨੇ ਤੂਫਾਨ ਆਇਆ ਹੋਇਆ ਹੈ ਨਾ ਨਿਊਜ਼ੀਲੈਂਡ ਦੇ ਕੁਝ ਇਲਾਕੇ ਜਿਹੜੇ ਹੜ੍ਹਾਂ ਤੋਂ ਬਹੁਤ ਜ਼ ਦੀ ਦੱਸਾਂਗੇ ਆਪਾਂ ਉਹਦੇ ਵਿੱਚ ਕੀ ਦਿਖਾਵਾਂਗੇ ਸੋ ਜਿਹੜੀ ਐਸਓਪੀ ਹੈਗੀ ਨਾ ਉਹ ਹਾਲਾਤ ਦੇਖ ਕੇ ਬਣਾਈ ਜਾਂਦੀ ਹੈਗੀ ਹੈ ਹੁਣ ਕਈ ਕਸਟੈਂਡ ਕੀ ਕਰਦੇ ਆ ਕਿ ਜੇ ਜਿਵੇਂ ਆਕਲੈਂਡ ਦੇ ਵਿੱਚ ਸਟੇ ਦਿਖਾ ਦਿੱਤੀ ਹੈ ਜਾਂ ਬਰਿਕਨ ਦੇ ਵਿੱਚ ਦਿਖਾ ਦਿੱਤੀ ਹੈਗੀ ਜਿਵੇਂ ਕਿ ਉਹ ਆਕਲੈਂਡ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈਗਾ ਆੜਾ ਤੋਂ ਨਾ ਆਕਲੈਂਡ ਦੇ ਵਿੱਚ ਆੜਾ ਆਏ ਹੋਏ ਨੇ ਬਟ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਹਿੱਸੇ ਹੈਗੇ ਨੇ ਜਿੱਥੇ ਸਾਰਾ ਕੁਝ ਓਕੇ ਹੈ ਜਿੱਥੋਂ ਦੀ ਆਪਾਂ ਟਰੈਵਲ ਪਲਾਨ ਦਿਖਾ ਸਕਦੇ ਆ ਐਟੈਂਡਰੀ ਦਿਖਾ ਸਕਦੇ ਹੈਗੇ ਸੋ ਇਹ ਜੇ ਕੋਈ ਇਸ ਤਰ੍ਹਾਂ ਦੀ ਨੇਚਰਲ ਡਿਸਾਸਟਰ ਜੇ ਇਸ ਤਰ੍ਹਾਂ ਦਾ ਕੋਈ ਆ ਜਾਂਦਾ ਹੈ ਕੋਈ ਕੁਦਰਤੀ ਆਫਤ ਆ ਜਾਂਦੀ ਉਹਨੂੰ ਆਪਾਂ ਦੇਖ ਕੇ ਉਹਨੂੰ ਸਹੀ ਤਰੀਕੇ ਨਾਲ ਐਸਓਪੀ ਦੇ ਵਿੱਚ ਆਪਾਂ ਨੂੰ ਲੈਣਾ ਹੁੰਦਾ ਹੈਗਾ ਸੋ ਇਹ ਨਾ ਹੋਵੇ ਕਿ ਆਪਾਂ ਜਿਸ ਚੀਜ਼ ਕਰਕੇ ਵੀਜ਼ਾ ਅਪਲਾਈ ਕਰ ਰਹੇ ਆਪਨੂੰ ਵੀਜ਼ਾ ਨਾ ਮਿਲੇ ਆਪਣਾ ਵੀਜ਼ਾ ਰਿਜੈਕਟ ਹੋ ਜਾਏ ਇਸ ਟਾਈਮ ਨਿਊਜ਼ੀਲੈਂਡ ਬਹੁਤ ਅੱਛਾ ਰਿਜ਼ਲਟ ਦੇ ਰਿਹਾ ਬਹੁਤ ਵਧੀਆ ਆ ਜਿਹੜਾ ਹੈਗਾ ਇਸ ਟਾਈਮ ਪੋਜ਼ਿਟਿਵ ਰਿਸਪੌਂਸ ਨਿਊਜ਼ੀਲੈਂਡ ਹਾਈ ਕਮਿਸ਼ਨ ਤੋਂ ਆਪਾਂ ਨੂੰ ਮਿਲ ਰਿਹਾ ਹੈਗਾ ਅੱਛੇ ਵੀਜ਼ਾਸ ਆ ਰਹੇ ਨੇ ਪਰ ਇਸ ਨੂੰ ਤੁਸੀਂ ਵਧੀਆ ਤਰੀਕੇ ਨਾਲ ਫਾਈਲਿੰਗ ਕਰਨੀ ਹੈ ਖਾਸ ਕਰਕੇ ਜਿਹੜੇ ਮੇਰੇ ਵੀਰ ਫਾਈਲਿੰਗ ਕਰਦੇ ਹੈਗੇ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਕਿੱਥੇ ਕਿੱਥੇ ਲਗਾ ਕਿ ਇੰਟਰਵਿਊ ਦੀ ਤਿਆਰੀ ਤੁਸੀਂ ਜਰੂਰ ਰੱਖਣੀ ਹੈਗੀ ਆਪਦੇ ਤੁਸੀਂ ਕਿਤੋਂ ਵੀ ਫਾਈਲ ਅਪਲਾਈ ਕੀਤੀ ਹੈ ਜਾਂ ਆਪ ਤੁਸੀਂ ਫਾਈਲ ਅਪਲਾਈ ਕਰ ਰਹੇ ਹੈਗੇ ਹੋ ਤਾਂ ਤੁਹਾਨੂੰ ਜਾਵਾ ਚਾਂਸਸ ਨੇ ਹੁਣ ਕਿ ਇੰਟਰਵਿਊ ਆ ਸਕਦੀ ਹੈ ਔਰ ਇੰਟਰਵਿਊ ਦੇ ਵਿੱਚ ਵੀ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਤਾਂ ਇਸ ਟਾਈਮ ਖੜਾ ਹੈ ਉਹਨੇ ਤੁਸੀਂ ਕੀ ਕਰਨ ਜਾ ਰਹੇ ਹੋ ਉੱਥੇ ਸੋ ਤੁਹਾਡੇ ਕੋਲ ਇਸ ਚੀਜ਼ ਦਾ ਵੀ ਰਿਪਲਾਈ ਚਾਹੀਦਾ ਹੈਗਾ ਜਦੋਂ ਤੁਹਾਨੂੰ ਇੰਟਰਵਿਊ ਹੋ ਜਾਂਦੀ ਹੈਗੀ ਇੰਟਰਵਿਊ ਆਉਂਦੀ ਹੈ ਇੰਟਰਵਿਊ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਹਾਜ਼ਰ ਜਵਾਬ ਪਾਉਣੇ ਚਾਹੀਦੇ ਉਹ ਜਿਹੜਾ ਸਵਾਲ ਤੁਹਾਨੂੰ ਐਮਬੈਸੀ ਕਰਦੀ ਵੀ ਜਾਂ ਅਫਸਰ ਕਰਦਾ ਹੈ ਤੁਹਾਡੇ ਕੋਲ ਉਸ ਚੀਜ਼ ਦਾ ਬਾ ਵੱਟ ਜਵਾਬ ਹੋਣਾ ਜਿਹੜਾ ਹੈਗਾ ਉਹ ਚਾਹੀਦਾ ਹੈਗਾ ਸੋ ਇਸ ਕਰਕੇ ਆਪਣੀ ਐਸਓਪੀ ਪ੍ਰੋਪਰ ਤਰੀਕੇ ਨਾਲ ਬਣਾਓ ਜਿੱਥੇ ਖਾਣਾ ਦਾ ਪ੍ਰਭਾਵ ਘਟ ਹੈ ਹੜ ਨਹੀਂ ਹੈਗੀ ਉੱਥੋਂ ਦੇ ਹੋਟਲ ਬੁੱਕ ਕਰੋ ਉੱਤੇ ਟਰੈਵਲ ਪਲਾਨ ਦਿਖਾਓ ਤੁਸੀਂ ਨਿਊਜ਼ੀਲੈਂਡ ਦਾ ਵੀਜ਼ਾ ਕੱਟ ਸਕਦੇ ਹੋ ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ